बटाला च इलेक्ट्रॉनिक के शोरूम च लगी भयानक अग, कई दुकाना भी आईया अग की लपेट च। दसिए कि खबर डेरा बटाला सामने आ रही है, जिते कि डेरा तो बटाला ते डेरा रोड फ्लाईओवर के हेठा एक इलेक्ट्रॉनिक के शोरूम में अचानक अग लग जाती है। अग इन्नी भयानक सी कि एक शोरूम के नाल नाल शोरूम के उपर बनी मार्केट दी चार दुकाना नूं भी अपने लपेट च लै लिया। इस अग नाल लखां रुपए का नुकसान होने कारण अनुमान लगाया जा रहा है। उधर फायर ब्रिगेड दी टीमां वल्लों अग ते काबू पाउण दा भारी यतन किए जा रहे सी। शोरूम मालक नरोत्तम सिंह का कहना है कि अग उपरली मंजिल ते इलेक्ट्रॉनिक के शोरूम ते गोदामां च लगी। फायर ब्रिगेड दी टीम दे नाल सिविल डिफेंस ते लोकां वल्लों अग बुझाउण लई यतन किए गए। जानकारी अनुसार शोरूम के मालक ने जद उपरले गोदाम च अग लगी देखी तां उन्होंने शोरूम के अंदर लोगों की मदद नाल इलेक्ट्रॉनिक का समान बाहर कढ़न दे यतन किए। शोरूम च लगा इलेक्ट्रॉनिक का समान, फ्रिज, टीवी आदि कुछ समान नूं बड़ी जद्दोजहद नाल बाहर कढ़िया गया। इस तों अलावा होर की जानकारी दित्ती तुसीं वी सुनो। इह शाम नूं जी कोई 6:30-7 बजे गुआंढो किसी ने ਉਹ ਇਕੱਠਾ ਕਰਕੇ ਕੂੜਾ ਅੱਗੇ ਉੱਥੇ ਸੁੱਟਿਆ ਸੀ, ਉਹਨੂੰ ਅੱਗ ਲਾਈ ਸੀ। ਇਹਨੂੰ ਮੈਂ ਤਾਂ ਇੱਥੇ ਹੈ ਨਹੀਂ ਸੀ, ਮੁੰਡਿਆਂ ਨੂੰ ਜਦੋਂ ਵੇਖਿਆ ਇਹਨਾਂ ਨੇ ਅੱਗ ਬੁਝਾ ਤੀ, ਪਰ ਉਹ ਅੱਗ ਪੂਰੀ ਤਰ੍ਹਾਂ ਬੁਝੀ ਨਹੀਂ ਸੀ। ਸ਼ਟਰ ਗਰਮ ਸੀ, ਉਹਦੇ ਅੰਦਰ ਜਿਹੜੀ ਫਿਟਿੰਗ ਸੀ ਉਹ ਸੜਦੀ ਰਹੀ ਉਹਦੇ ਨਾਲ, ਅਤੇ ਉਹ ਲਗਭਗ 7:45 ਵਜੇ ਜਦੋਂ ਅੱਗ ਜ਼ਿਆਦਾ ਭੜਕੀ ਆ, ਫਿਰ ਸਾਨੂੰ ਪਤਾ ਲੱਗਾ। ਅਸੀਂ ਆਏ ਹਾਂ, ਫਾਇਰ ਵਾਲੇ ਨੂੰ ਇੰਟੀਮੇਟ ਕੀਤਾ, ਇਹਨਾਂ ਨੇ ਬੜਾ ਹਾਰਡਵਰਕ ਕਰਕੇ ਉੱਤੇ ਤਿੰਨਾਂ ਦੁਕਾਨਾਂ ਸੜ ਗਈਆਂ ਨੇ, ਇਹਨਾਂ ਨੂੰ ਅੱਗ 'ਤੇ ਬੁਝਾ ਦਿੱਤੀ। ਹਾਂਜੀ, ਉੱਤੇ 2 ਦੁਕਾਨਾਂ 'ਚ ਗਡਾਊਨ ਸੀ, ਇੱਕ 'ਚ ਆਫਿਸ ਸੀ, ਇਲੈਕਟ੍ਰੋਨਿਕ ਦਾ ਸਮਾਨ ਸੀ। ਇਸ ਵੇਲੇ ਕੋਈ ਨਹੀਂ ਪਤਾ, ਸਵੇਰੇ ਵੇਖਾਂਗੇ, ਸਵੇਰੇ ਪਤਾ ਲੱਗੂਗਾ। ਇਨ ਲੈਕਸ, ਨੋਟ ਇਨ ਸੀਆਰਸ। ਇੰਡਾ ਵੱਡਾ ਸਟਾਕ ਨਹੀਂ ਸੀ, ਮਤਲਬ ਇਨ ਲੈਕਸ ਸੀ, ਨੈਗਲੀਜੈਂਸੀ ਹੈ ਜੀ। ਸਵੇਰੇ ਪਹਿਲਾਂ ਸਭ ਤੋਂ ਪਹਿਲਾਂ FIR ਲਾਂਚ ਕਰਾਵਾਂਗੇ, ਤਾਂ ਜੋ ਕੰਸਰਨਡ ਬੰਦਾ ਜਿੱਦਾਂ ਵੀ ਇੱਕ ਥਲੜਾ ਸਟਾਕ 'ਤੇ ਜਿਹੜਾ ਸ਼ੋਰੂਮ ਦਾ ਸਟਾਕ 'ਤੇ ਅਸੀਂ ਸਾਰਾ ਕੱਢ ਲਿਆ ਡਿਸਪਲੇ ਵਾਲਾ, ਜਿਹੜਾ ਉੱਤੇ ਪੈਕਡ ਸਟਾਕ ਉਹ ਸੜਿਆ ਸਾਡਾ, ਅਤੇ ਸੀਜ਼ਨ ਕਰਕੇ ਸਾਡਾ ਮਤਲਬ ਕਿ ਹੁਣ ਜਿਹੜੀ ਆ ਰਿਪੇਅਰ ਵਗੈਰਾ ਉਹਦੇ ਕਰਕੇ ਨੁਕਸਾਨ ਤਾਂ ਹੈ ਹੀ ਹੈ ਜੀ ਉਸ ਗੱਲ ਦਾ। ਗੇਟ ਵਾਲਿਆਂ ਬਹੁਤ ਮਿਹਨਤ ਕੀਤੀ, ਬੜਾ ਟਾਈਮਲੀ ਆ ਕੇ ਉਹਨਾਂ ਨੇ, ਵੇਖੋ ਇਹ 8 ਵਜੇ ਇਹਨਾਂ ਨੂੰ ਇੰਟੀਮੇਟ ਕੀਤਾ, 8:10 'ਤੇ ਆ ਗਏ ਆ, ਹੁਣ 9 ਵੱਜ ਗਏ ਆ, ਆਲਮੋਸਟ ਇਹਨਾਂ ਨੇ ਅੱਗ 'ਤੇ ਕਾਫੀ ਕਾਬੂ ਪਾ ਲਿਆ ਹੁਣ। ਹਾਂਜੀ, ਸਾਨੂੰ ਜੀ 7:45 ਵਜੇ ਇਤਲਾਹ ਮਿਲੀ ਹੈ ਅਤੇ ਵੀ ਇੱਥੇ ਬੀਟਾ ਰੇਡੀਓ 'ਤੇ ਅੱਗ ਲੱਗੀ ਹੈ। ਇਮੀਡੀਏਟਲੀ ਐਕਸ਼ਨ ਕੀਤਾ, ਗੱਡੀਆਂ ਆਈਆਂ ਨੇ ਇੱਥੇ ਸਾਡੀਆਂ, 2 ਗੱਡੀਆਂ ਸਾਡੀਆਂ ਬਾਹਰ ਸੀਗੀਆਂ ਇਲੈਕਸ਼ਨ ਡਿਊਟੀ 'ਤੇ, ਉਹ ਵੀ ਇਮੀਡੀਏਟਲੀ ਬੁਲਾ ਲਈਆਂ ਗਈਆਂ, ਅਤੇ ਬਿਨਾਂ ਪਾਣੀ ਦੀ ਰੁਕਾਵਟ ਤੋਂ ਆਪਾਂ 1.5 ਘੰਟੇ 'ਚ ਜਿਹੜੀ ਅੱਗ 'ਤੇ ਕੰਟਰੋਲ ਕੀਤਾ। ਕੁਝ ਦਿੱਕਤ ਆਈ ਵੀ ਜਿਹੜੇ ਸ਼ਟਰ ਸੀਗੇ ਉਹ ਕਾਫੀ ਪੁਰਾਣੇ ਜਾਮ ਸੀਗੇ, ਉਹਨਾਂ ਨੂੰ ਤੋੜਨ 'ਚ ਕੁਝ ਦਿੱਕਤ ਹੋਈ, ਲੇਕਿਨ ਇਸ ਵੇਲੇ ਸਾਡੀ ਸਿਚੁਏਸ਼ਨ ਅੰਡਰ ਕੰਟਰੋਲ ਆ। ਕਾਰਨ ਸਰ ਇਹ 'ਚ ਮੇਨ ਤਾਂ ਮੈਨੂੰ ਤਾਂ ਸ਼ਾਰਟ ਸਰਕਟ ਲੱਗਦਾ ਪਿਆ, ਠੀਕ ਹੈ, ਬਾਕੀ ਹੋਰ ਤਾਂ ਉਹ ਦੱਸ ਸਕਦੇ ਆ ਜਿਹੜੇ ਮੌਕੇ 'ਤੇ ਜਦੋਂ ਫਾਇਰ ਸ਼ੁਰੂ ਹੋਈ ਹੈ ਮੌਕੇ 'ਤੇ ਉਹ ਦੱਸ ਸਕਦੇ, ਕਿਉਂਕਿ ਤਾਰਾਂ ਵਗੈਰਾ ਸਾਰੀਆਂ ਮੈਲਟ ਹੋਈਆਂ ਪਈਆਂ ਅੰਦਰ, ਉਹ ਫਾਇਰ ਨਾਲ ਵੀ ਹੋ ਸਕਦੀਆਂ ਵਾ, ਸ਼ਾਰਟ ਸਰਕਟ ਨਾਲ ਵੀ ਹੋ ਸਕਦੀਆਂ, ਦੋਵੇਂ ਕਾਰਨ ਹੋ ਸਕਦੇ ਆ। ਸਾਨੂੰ ਸੂਚਨਾ ਮਿਲੀ ਸੀਗੀ ਕਿ ਬੀਟਾ ਰੇਡੀਓ ਇੱਥੇ ਮਾਰਕੀਟ ਦੇ ਅੰਦਰ ਬਟਾਲਾ ਵਿਖੇ ਸ਼ੋਪ 'ਚ ਅੱਗ ਲੱਗੀ ਹੈ, ਅਤੇ ਇਮੀਡੀਏਟਲੀ ਮੈਂ ਇੰਟੀਮੇਸ਼ਨ ਦਿੱਤੀ ਫਾਇਰ ਔਰ ਬਿਨਾਂ ਟਾਈਮ ਵੇਸਟ ਕੀਤੇ ਇੱਥੇ ਟੈਂਡਰ ਫਾਇਰ ਟੈਂਡਰ ਲੈ ਕੇ ਆਏ ਆ, ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ, ਔਰ ਅੱਛੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਕਿਸਮ ਦਾ, ਅਤੇ ਹੁਣ ਸਿਚੁਏਸ਼ਨ ਅੰਡਰ ਕੰਟਰੋਲ ਹੈ ਬਿਲਕੁਲ ਇਹ।